ਕਿਸੇ ਨੂੰ ਵੀ ਮਾਲ ਭੇਜਣ ਤੋਂ ਪਹਿਲਾਂ ਕੱਲਾ ਕੱਲਾ ਪੀਸ ਖੋਲ ਕੇ ਚੈੱਕ ਕਰਦੀ ਹਾਂ। ਮੈਂ ਆਪਣੀ ਮਾਂ ਦੇ ਜਨਮ ਦਿਨ ਤੇ ਜਾਣਾ, ਮਤਲਬ ਜਾਣਾ। ਉਹ ਹੁਣ ਤੇਰੀ ਮਾਂ ਦਾ ਜਨਮ ਦਿਨ ਜ਼ਿਆਦਾ ਜ਼ਰੂਰੀ ਆ ਕਿ ਦੁਕਾਨ ਜ਼ਿਆਦਾ ਜ਼ਰੂਰੀ ਆ? ਉਹ ਮੇਰਾ ਭਰਾ ਬਹੁਤ ਤੇਜ਼ ਆ, 1 ਮਿੰਟ 'ਚ ਪਹਿਚਾਨ ਲੈਣਾ ਕਿ ਇਹ ਬੂਟਰ ਹੈ। ਫੋਟੋ ਨਹੀਂ, ਮੇਰੇ ਕੋਲ ਵੀਡੀਓ ਆ, ਮੈਨੂੰ ਉਹਦੇ ਨਾਲ ਦਾ ਮੰਗਵਾ ਦੇ। ਉਹ ਮੈਨੂੰ ਕਾਹਦੇ ਦਿਖਾਉਣਾ, ਮੈਨੂੰ ਪਤਾ ਹੀ ਆ ਮਿੰਦੋ ਆ, ਵੀਡੀਓ ਬਣਾਉਂਦੀ ਆ। ਤੁਹਾਡੇ ਵਾਲੀ ਵੀ ਹੱਦ ਹੋਈ ਪਈ ਆ ਮੰਮੀ, ਉਹ ਤੁਹਾਡੇ ਘਰ ਦੀ ਵੱਡੀ ਨੂੰ ਵੀਡੀਓ ਬਣਾ ਬਣਾ ਕੇ ਫੇਸਬੁੱਕ ਯੂਟਿਊਬ ਤੇ ਪਾਉਂਦੀ ਆ, ਤੇ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਹੈਗੀ? ਉਹ ਮੈਨੂੰ ਕੀ ਦਿੱਕਤ ਹੋਣੀ ਆ, ਉਹ ਵਾਹ ਨਿੱਕੇ ਨਿੱਕੇ ਝੱਗੀਆਂ ਪਾ ਕੇ ਵੀਡੀਓ ਪਾਉਂਦੀ ਆ, ਉਹ ਆਪਣਾ ਕੰਮ ਕਰਦੀ ਆ ਵੀਡੀਓ ਬਣਾ ਕੇ। ਉਹ ਇਹ ਕਿੱਦਾਂ ਦਾ ਕੰਮ ਹੋਇਆ? ਉਹ ਦੁਕਾਨ ਨਹੀਂ ਸੀ ਕਰ ਸਕਦੇ, ਆਪਣੀ ਬੇਇੱਜ਼ਤੀ ਦਾ ਕਰਾਉਂਦੇ ਜਿਹੜੀ ਕਰਾਉਂਦੀ ਆ, ਉਹ ਸਾਡੀ ਵੀ ਸਾਰੀ ਰਿਸ਼ਤੇਦਾਰੀ 'ਚ ਥੋਡੂ ਕਰਾਈ ਪਈ ਆ। ਅਗਲੇ ਪਤਾ ਕੀ ਗੱਲਾਂ ਬਣਾਉਂਦੇ ਨੇ ਕਿ ਫਲਾਣਿਆਂ ਦੀ ਨੂੰਹ, ਫਲਾਣਿਆਂ ਦੀ ਭਾਬੀ ਵੀਡੀਓ ਬਣਾਉਂਦੀ ਆ, ਫੇਸਬੁੱਕ ਯੂਟਿਊਬ ਤੇ ਪਾਉਂਦੀ ਆ। ਫਿਰ ਬਣਾਈ ਜਾਣਾ, ਅਗਲਿਆਂ ਦੇ ਕਿਹੜਾ ਗਾਹਾਂ ਢਿੱਡ ਦੁਖਦੇ ਨੇ। ਪਰ ਮੇਰਾ ਤਾਂ ਦੁਖਦਾ ਨਾ, ਜਾਂ ਫਿਰ ਮੇਰੀ ਕੋਈ ਰਿਸ਼ਤੇਦਾਰੀ ਨਾ ਹੁੰਦੀ, ਮੈਨੂੰ ਗੱਲਾਂ ਨਾ ਸੁਣਾਉਂਦੇ। ਮੰਮੀ ਸਿੱਧੀ ਜੀ ਗੱਲ ਕਹਿ ਦਿੰਦਾ, ਉਹਨਾਂ ਨੂੰ ਕਹਿ ਕੇ ਨਾ ਆਹ ਕੰਮ ਜਾਂ ਬੰਦ ਕਰਾ ਦਿਓ, ਮੇਰੇ ਤੋਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ। ਮੈਨੂੰ ਰਿਸ਼ਤੇਦਾਰਾਂ ਨੇ ਜੀਣ ਨਹੀਂ ਦੇਣਾ। ਨਾ ਤੈਨੂੰ ਰਿਸ਼ਤੇਦਾਰਾਂ ਦੀ ਕਦੋਂ ਤੋਂ ਪਰਵਾਹ ਹੋਣ ਲੱਗ ਗਈ? ਰਿਸ਼ਤੇਦਾਰ ਤਾਂ ਉਦੋਂ ਵੀ ਨਹੀਂ ਸੀ ਜੀਣ ਦਿੰਦੇ ਜੇ ਸਭ ਕੁਝ ਠੀਕ ਚੱਲਦਾ ਸੀ। ਮੰਮੀ ਅੰਦਰਲੀ ਖਾਰ ਹੁੰਦੀ ਆ, ਬੰਦਾ ਦਿਖਾਉਂਦਾ ਨਹੀਂ, ਪਰ ਆਹ ਜਿਹੜਾ ਵੀਡੀਓ ਬਣਾਉਂਦੇ ਨੇ, ਇਹ ਤਾਂ ਮੌਕਾ ਦੇਤਾ ਨਾ ਗੱਲਾਂ ਬਣਾਉਣ ਦਾ। ਨਾ ਜਦੋਂ ਭਰਾ ਨੂੰ ਘਰੋਂ ਬਾਹਰ ਕੱਢਿਆ ਸੀ ਉਦੋਂ ਫਿਕਰ ਨਹੀਂ ਸੀ ਰਿਸ਼ਤੇਦਾਰਾਂ ਦਾ ਵੀ ਗੱਲਾਂ ਬਣਾਉਣਗੇ। ਮੰਮੀ ਆਪਾਂ ਇੱਜ਼ਤਦਾਰ ਫੈਮਿਲੀ ਚੋਂ ਆ, ਤੇ ਆਪਾਂ ਨੂੰ ਆਹ ਵੀਡੀਓ ਬਣਾਉਣ ਵਾਲੇ ਕੰਮ ਸ਼ੋਭਾ ਨਹੀਂ ਦਿੰਦੇ। ਤੁਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਆਹ ਕੰਮ ਬੰਦ ਕਰਨ। ਕੰਮ ਤਾਂ ਨਹੀਂ ਉਹਨਾਂ ਨੇ ਬੰਦ ਕਰਨਾ, ਕੰਮ ਤਾਂ ਐਂ ਕਰਨਗੇ। ਰਿਸ਼ਤੇਦਾਰਾਂ ਨੂੰ ਇਹ ਕਹਿ ਦਿਓ ਜਦ ਔਖੇ ਟਾਈਮ 'ਚ ਨਾਲ ਖੜੇ ਨਾ, ਹੁਣ ਵੀ ਨਾ ਬੋਲਣ। ਉਹ ਜਦ ਦੇਵ ਹਸਪਤਾਲ ਵਿੱਚ ਪੈਸਿਆਂ ਕਰਕੇ ਆਪਣਾ ਇਲਾਜ ਨਹੀਂ ਨਾ ਕਰਾ ਸਕਦਾ ਸੀ, ਜਦੋਂ ਰਿਸ਼ਤੇਦਾਰ ਕਿੱਥੇ ਸੀ? ਉਹ ਜਦ ਉਹਨੂੰ ਕੰਮ ਨਹੀਂ ਸੀ ਮਿਲਦਾ, ਰੋਟੀ ਵੀ ਉਹਨਾਂ ਵੀ ਆਵਾਜ਼ਾਰ ਹੋ ਗਏ ਸੀ, ਜਦ ਰਿਸ਼ਤੇਦਾਰ ਕਿੱਥੇ ਸੀ? ਉਹ ਜਦ ਔਖਾ ਟਾਈਮ ਹੁੰਦਾ ਜਦ ਤਾਂ ਕੋਈ ਆ ਕੇ ਖੜਦਾ ਨਹੀਂ ਵੀ ਕੋਈ ਫਰਮਾਇਸ਼ ਨਾ ਕਰ ਦੇਵੇ, ਜਦ ਹੁੰਦਾ ਸੌਖਾ ਟਾਈਮ ਫਿਰ ਬਥੇਰਾ ਬੁੜਕ ਬੁੜਕ ਕੇ ਆਉਂਦੇ ਨੇ, ਫਿਰ ਬਥੇਰੀਆਂ ਸਲਾਹਾਂ ਦਿੰਦੇ ਨੇ ਵੀ ਆਹ ਕਰ ਲਓ ਉਹ ਕਰ ਲਓ। ਮੰਮੀ ਸਿੱਧੀ ਜੀ ਗੱਲ ਆ, ਆਹ ਗੱਲਾਂ ਨਾ ਸੁਣਾਓ, ਜਿਹੜਾ ਕੰਮ ਮੈਂ ਤੁਹਾਨੂੰ ਕਿਹਾ ਨਾ ਉਹ ਕਰੋ, ਜਾ ਕੇ ਉਹਨਾਂ ਨੂੰ ਕਹਿ ਦਿਓ ਕਿ ਆਹ ਵੀਡੀਓ ਜੀ ਬਣਾਉਣੀ ਬੰਦ ਕਰ ਦੇਣ, ਮੇਰੇ ਕੰਮ 'ਤੇ ਵੀ ਅਸਰ ਹੁੰਦਾ। ਉਹ ਕੱਲ੍ਹ ਨੂੰ ਤੂੰ ਕਹੇਂਗਾ ਵੀ ਰੋਟੀ ਖਾਂਦੇ ਨੇ ਮੇਰੇ ਕੰਮ 'ਤੇ ਅਸਰ ਹੁੰਦਾ, ਸਾਹ ਲੈਂਦੇ ਨੇ ਤਾਂ ਵੀ ਮੇਰੇ ਕੰਮ 'ਤੇ ਅਸਰ ਹੁੰਦਾ, ਉਹਨਾਂ ਨੇ ਕੁਛ ਨਾ ਕੁਛ ਤਾਂ ਕਰਨਾ ਹੀ ਹੈ, ਉਹ ਤਾਂ ਐਂ ਕਰਨਗੇ। ਕਿਉਂ ਕਰਨਗੇ ਇੱਦਾਂ? ਕਿਉਂਕਿ ਔਨਲਾਈਨ ਕੰਮ ਕਰਨ ਦਾ ਆਈਡੀਆ ਦੇਵ ਦਾ ਹੀ ਸੀ, ਉਹ ਵਰਤਦਾ ਪਿਆ, ਕਰਨਗੇ। ਜਾਣੀ ਹੁਣ ਤੁਸੀਂ ਉਹਨਾਂ ਨੂੰ ਰੋਕੋਗੇ ਨਹੀਂ ਹੈ? ਮੈਂ ਕਾਹਤੇ ਰੋਕੂੰਗੀ, ਉਹ ਮੈਂ ਤਾਂ ਨਾਲ ਉਹਨਾਂ ਦੇ ਸਾਥ ਦਊਂਗੀ। ਹਜੇ ਤਾਂ ਉਹਨਾਂ ਨੇ ਵੱਡੇ ਕੱਪੜਿਆਂ ਦਾ ਕੰਮ ਕਰਨਾ, ਉਹਨਾਂ ਨੂੰ ਇੱਕ ਮਾਡਲ ਚਾਹੀਦੀ ਆ, ਮੇਰੀ ਤਾਂ ਸਲਾਹ ਵੀ ਮੈਂ ਹੀ ਮਾਡਲ ਬਣ ਜਾਵਾਂ। ਮੰਮੀ ਚੁੱਪ ਕਰ, ਤੇ ਤੋਂ ਲੈ ਕੇ ਖਾਂਦਾ, ਉਹ ਮਿਹਨਤ ਕਰਦਾ ਕਿ ਮੈਂ ਦੇਖ ਕੇ ਉਹਨੂੰ ਜਰਦਾ ਨਹੀਂ। ਮੰਮੀ ਸਾਨੂੰ ਕੀ ਲੋੜ ਆ ਮੱਚਣ ਦੀ, ਇੱਕ ਦੀਆਂ ਭਾਵੇਂ ਉਹ ਦੋ ਖਾਵੇ, ਸਾਨੂੰ ਕੀ, ਪਰ ਸਾਡਾ ਨਾਂ ਨਾ ਯੂਜ਼ ਕਰੇ। ਬਾਲੀ ਸਿਆਣੀਏ, ਜਿਹੜਾ ਸ਼ੋਰੂਮ ਤੁਸੀਂ ਚਲਾਉਂਦੇ ਆ ਉਹਦਾ ਨਾਮ ਵੀ ਦੇਵ ਕਲੈਕਸ਼ਨ ਆ, ਨਾਮ ਤਾਂ ਤੁਸੀਂ ਯੂਜ਼ ਕਰਦੇ ਹੋ ਉਹਦਾ। ਮੇਰੀ ਇੱਕ ਗੱਲ ਦੋਨੇ ਜਾਣੇ ਕੰਨ ਖੋਲ ਕੇ ਸੁਣ ਲਓ, ਮੈਂ ਉਹਨੂੰ ਰੋਕਣਾ ਨਹੀਂ, ਮੈਂ ਤਾਂ ਉਹਦਾ ਸਾਥ ਦਊਂਗੀ। ਗੱਲ ਹੋ ਗਈ ਨਾ ਮੰਮੀ ਉਹੀ
ਤੁਹਾਨੂੰ ਵੱਡਾ ਪੁੱਤ ਹੀ ਪਿਆਰਾ, ਛੋਟਾ ਨਹੀਂ। ਉਹ ਪੁੱਤ ਮੈਨੂੰ ਦੋਨੇ ਹੀ ਪਿਆਰੇ ਨੇ। ਉਹ ਪੁੱਤ ਮੇਰਾ ਔਖਾ ਸੀ ਤਾਂ ਉਹਦਾ ਸਾਥ ਦਿੰਦੀ ਹਾਂ, ਜਿੱਦਣ ਤੂੰ ਔਖਾ ਹੋਵੇਗਾ ਤੇਰਾ ਸਾਥ ਦੇ ਦੂੰ। ਆ ਦੇਖਿਆ, ਮੰਮੀ ਜੀ ਚਾਹੁੰਦੇ ਨੇ ਵੀ ਤੁਸੀਂ ਔਖੇ ਹੋ ਜਾਵੋ। ਚੁੱਪ ਕਰਨੀ, ਕਿਵੇਂ ਮੇਰੇ ਸਾਹਮਣੇ ਮੇਰੇ ਪੁੱਤ ਦੇ ਕੰਨ ਭਰੀ ਜਾਂਦੀ ਆ। ਉਹ ਕੋਈ ਮਾਂ ਨਹੀਂ ਚਾਹੁੰਦੀ ਵੀ ਉਹਦਾ ਪੁੱਤ ਔਖਾ ਹੋਵੇ। ਉਹ ਫਿਰ ਤੁਸੀਂ ਸਾਡੀ ਗੱਲ ਕਿਉਂ ਨਹੀਂ ਸੁਣਦੇ ਪਏ, ਸਿਰਫ ਉਧਰ ਲਈ ਕਿਉਂ ਕਰਦੇ ਹੋ? ਉਹ ਤੁਹਾਨੂੰ ਮੈਂ ਤਾਂ ਨਹੀਂ ਪੁੱਛਦੀ, ਤੁਸੀਂ ਜਦੋਂ ਵੀ ਗੱਲ ਕਰਦੇ ਹੋ ਨਾ ਦੇਵ ਦੀ ਉਹ ਕਰਦੇ ਹੋ। ਕਦੇ ਮੇਰੀ ਗੱਲ ਕੀਤੀ ਹੈ ਵੀ ਮਾਂ ਤੇਰੀ ਦਵਾਈ ਬੂਟੀ ਚੱਲਦੀ ਆ, ਤੂੰ ਠੀਕ ਹੈ? ਜੇ ਠੀਕ ਹੋ ਮੰਮੀ ਤਾਂ ਹੀ ਤੁਸੀਂ ਤੁਰੇ ਫਿਰਦੇ ਹੋ। ਤੁਰੀ ਫਿਰਦੀ ਤਾਂ ਮੈਂ ਤੈਨੂੰ ਦਿੰਨੀ ਆ, ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਮੈਨੂੰ ਬਿਮਾਰੀ ਕੀ ਸੀ? ਹੈ ਨਹੀਂ ਨਾ ਕੋਈ ਜਵਾਬ, ਚੱਲ ਇਹੀ ਦੱਸ ਦੇ ਮੇਰੀ ਦਵਾਈ ਚੱਲਦੀ ਕਿਹੜੇ ਡਾਕਟਰ ਤੋਂ ਆ। ਚੱਲ ਤੂੰ ਰਹਿਣ ਦੇ, ਉਹ ਤੂੰ ਤਾਂ ਮੇਰੀ ਔਲਾਦ ਹੈ, ਪੁੱਤ ਤਾਂ ਮੇਰਾ ਛੋਟਾ, ਤੂੰ ਹੀ ਦੱਸ ਦੇ ਵੀ ਕਿਹੜੇ ਡਾਕਟਰ ਤੋਂ ਦਵਾਈ ਚੱਲਦੀ ਹੈ ਮੇਰੀ। ਇਹ ਤਾਂ ਤੁਹਾਨੂੰ ਪਤਾ ਨਹੀਂ ਵੀ ਮਾਂ ਦਾ ਖਿਆਲ ਵੀ ਰੱਖਣਾ, ਸਿਰਫ ਮਾਂ ਨੂੰ ਵਰਤਣ 'ਤੇ ਲੱਗੇ ਹੋਏ ਹੋ। ਉਹ ਜੇ ਤੁਸੀਂ ਮੈਨੂੰ ਬੁਲਾਓਗੇ ਨਾ, ਮੈਂ ਦਿਨ ਹੋਵੇ ਰਾਤ ਹੋਵੇ ਭੱਜੀ ਆਊਂ, ਪਰ ਮੈਨੂੰ ਦੇਵ ਦੇ ਕੰਮ ਬਾਰੇ ਜਾਂ ਬੰਦ ਕਰਨ ਬਾਰੇ ਨਾ ਕਿਹੋ। ਚੰਗਾ, ਹੁਣ ਮੈਂ ਚੱਲਦੀ ਹਾਂ, ਮੈਂ ਜਾ ਕੇ ਮਾਡਲਿੰਗ ਵੀ ਕਰਨੀ ਹੈ। ਮਿੰਦੋ ਕੀ ਹੋਇਆ, ਇੱਕਦਮ ਕਾਤੇ ਬੁਲਾਇਆ ਮੈਨੂੰ? ਤੁਹਾਨੂੰ ਪਤਾ ਜਿਹਨੂੰ ਆਪਾਂ ਆਸਟ੍ਰੇਲੀਆ ਸੂਟ ਭੇਜੇ ਸੀ, ਹਾਂ, ਉਹਦਾ ਫੋਨ ਆਇਆ ਸੀ ਮੈਨੂੰ। ਅੱਛਾ, ਕੀ ਕਹਿੰਦੇ? ਕੀ ਦੱਸਾਂ ਤੁਹਾਨੂੰ ਮੈਂ, ਉਹ ਕਹਿੰਦੀ ਹੁਣ ਤੱਕ ਤਾਂ ਨਾ ਮੈਂ ਰਿਟੇਲ ਦਾ ਕੰਮ ਕਰਦੀ ਸੀ, ਪਰ ਜਿਹੜੇ ਆਪਾਂ ਸੂਟ ਭੇਜੇ ਨੇ ਉੱਥੇ ਬਹੁਤ ਪਸੰਦ ਆਏ ਆ ਅਤੇ ਉਹਨਾਂ ਦੀ ਬਹੁਤ ਡਿਮਾਂਡ ਆ, ਅਤੇ ਖਾਸ ਕਰਕੇ ਉਹ ਕਹਿੰਦੀ ਹੁਣ ਮੇਰੇ ਨਾਲ ਹੋਲਸੇਲਰ ਵਾਲੇ ਜੁੜਦੇ ਪਏ ਨੇ ਅਤੇ ਮੈਨੂੰ ਇਕੱਠੇ ਸੂਟ ਚਾਹੀਦੇ ਆ, ਆਪਾਂ ਹੁਣ ਇੰਨੇ ਇਕੱਠੇ ਸੂਟ ਕਿਵੇਂ ਦੇਵਾਂਗੇ? ਮੇਰੀ ਗੱਲ ਕਰਾ ਤਾਂ, ਮੈਂ ਗੱਲ ਕਰਕੇ ਦੇਖਦਾ ਕੀ ਕਹਿੰਦੇ ਆ। ਗੱਲ? ਪਰ ਤੁਸੀਂ ਕੀ ਗੱਲ ਕਰੋਗੇ? ਉਹ ਇਹੀ ਗੱਲ ਕਰੂੰਗਾ ਵੀ ਕਿੰਨਾ ਮਾਲ ਚਾਹੀਦਾ, ਕਿੰਨਾ ਆਰਡਰ ਆ, ਤੂੰ ਫੋਨ ਤਾਂ ਕਰ। ਹਾਂਜੀ, ਮੈਂ ਹੁਣੇ ਕਰਦੀ ਹਾਂ। ਇਹ ਤਾਂ ਮਿੰਦੂ ਦਾ ਫੋਨ ਹੈ। ਹੈਲੋ। ਹੈਲੋ, ਹਾਂਜੀ ਮਨਪ੍ਰੀਤ ਦੀਦੀ, ਉਹ ਨਾ ਮੈਂ ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਫੋਨ ਦੇ ਉੱਤੇ, ਮੈਂ ਆਪਣੇ ਹਸਬੈਂਡ ਨਾਲ ਕੀਤੀ ਆ ਅਤੇ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਓ ਅੱਛਾ ਜੀ, ਤੁਸੀਂ ਮੇਰੀ ਗੱਲ ਕਰਵਾ ਦਿਓ। ਹਾਂਜੀ ਹਾਂਜੀ, ਆ ਕਰਿਓ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ ਭੈਣੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਭੈਣ ਜੀ, ਮੈਨੂੰ ਮਿੰਦੋ ਨੇ ਦੱਸਿਆ ਸੀਗਾ ਵੀ ਇਕੱਠਾ ਆਰਡਰ ਹੈ ਕੋਈ, ਮੈਨੂੰ ਦੱਸ ਸਕਦੇ ਹੋ ਕਿੰਨੇ ਕੁ ਸੂਟ ਚਾਹੀਦੇ ਨੇ? ਵੀਰ ਜੀ, ਆਪਣੇ ਨਾਲ ਨਾ 10 ਸ਼ੌਪਕੀਪਰ ਹੋਰ ਜੁੜੇ ਹੋਏ ਨੇ, ਤਾਂ ਫਿਰ ਉਹਨਾਂ 10 ਦੇ ਵਿੱਚੋਂ ਇਕੱਲਾ ਇਕੱਲਾ ਸ਼ੌਪਕੀਪਰ ਮੇਰੇ ਤੋਂ 200 ਸੂਟ ਦੀ ਡਿਮਾਂਡ ਕਰ ਰਹੇ ਆ, ਸੋ ਉਸ ਹਿਸਾਬ ਦੇ ਨਾਲ ਜੇ ਆਪਾਂ ਮਲਟੀਪਲਾਈ ਕਰੀਏ ਤਾਂ ਮੈਨੂੰ 2000 ਸੂਟ ਚਾਹੀਦੇ ਹੋਣਗੇ। ਭੈਣ ਜੀ, ਗੱਲ ਬਹੁਤ ਖੁਸ਼ੀ ਦੀ ਆ, ਪਰ ਗੱਲ ਇਹ ਆ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਅਸੀਂ ਹਜੇ ਨਵਾਂ ਕੰਮ ਸ਼ੁਰੂ ਕੀਤਾ ਅਤੇ ਇੰਨਾ ਸਾਰਾ ਇਕੱਠਾ ਮਾਲ ਲੈ ਕੇ ਆਉਣਾ ਅਤੇ ਉਹਨੂੰ ਪੈਕ ਕਰਨਾ, ਭੈਣੇ ਸਾਨੂੰ ਕਿਸੇ ਦੁਕਾਨਦਾਰ ਨੇ ਇੰਨਾ ਉਧਾਰ ਨਹੀਂ ਦੇਣਾ, ਉਹ ਤਾਂ ਇੱਕ ਨਵੀਂ ਹੈ ਜਿਹਨੇ ਸਾਨੂੰ ਪਹਿਲਾਂ ਮਾਲ ਚੁਕਾਤਾ ਸੀ।
ਤੇ ਉਹਦੇ ਵਿੱਚੋਂ ਅਸੀਂ ਤੁਹਾਨੂੰ ਸਾਰਾ ਮਾਲ ਭੇਜਤਾ ਭੈਣੇ। 3,350 ਦਾ ਇੱਕ ਸੂਟ ਹੈ, 2,000 ਸੂਟਾਂ ਲਈ ਘੱਟੋ ਘੱਟ 60 ਲੱਖ ਰੁਪਏ ਦੀ ਇਨਵੈਸਟਮੈਂਟ ਹੈ। ਇੰਨੇ ਪੈਸੇ ਕਿੱਥੋਂ ਲੈ ਕੇ ਆਊਂਗਾ ਭੈਣੇ? ਲੈ ਬਸ ਇੰਨੀ ਕੁ ਗੱਲ, ਤੁਸੀਂ ਇੱਕ ਮਿੰਟ ਹੋਲਡ ਕਰੋ, ਬਸ ਇੱਕ ਮਿੰਟ। ਹਾਂਜੀ ਹਾਂਜੀ ਦੇਵਗਿਰੀ, ਤੁਸੀਂ ਆਪਣਾ ਮੋਬਾਈਲ ਚੈੱਕ ਕਰੋ। ਸੱਠ ਲੱਖ ਰੁਪਇਆ ਪਾਤਾ। ਥੈਂਕ ਯੂ ਭੈਣੇ, ਥੈਂਕ ਯੂ ਸੋ ਮੱਚ। ਤੇਰਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਮੈਂ ਮਾਲ ਦੀ ਤਿਆਰੀ ਕਰਾਉਂਦਾ, ਮੈਂ ਦੇਖਦਾ ਮੈਨੂੰ ਕਿੱਥੋਂ ਕਿੱਥੋਂ ਮਾਲ ਮਿਲਦਾ, ਇਕੱਲਾ ਇਕੱਲਾ ਕੱਪੜਾ ਚੈੱਕ ਕਰਕੇ ਭੇਜਾਂਗੇ। ਬਸ ਹੁਣ ਤੁਸੀਂ ਮੇਰਾ ਆਰਡਰ ਜਲਦੀ ਤੋਂ ਜਲਦੀ ਰੈਡੀ ਕਰਕੇ ਭੇਜ ਦਿਓ। ਹਾਂਜੀ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ। ਮਿੰਦੋ ਕਿਹਾ ਸੀ ਨਾ ਉਹ ਮਾਲਕ ਹੈਗਾ, ਉਹਨੇ ਦਿਖਾਤਾ ਕਿ ਮੈਂ ਹੈਗਾ, ਟੈਨਸ਼ਨ ਲੈਣ ਦੀ ਲੋੜ ਨਹੀਂ। ਕਰ ਕੰਮ ਦੀ ਤਿਆਰੀ, ਹੁਣ ਤਾਂ ਪੈਰ ਅੱਗੇ ਵੱਲ ਨੂੰ ਵਧਣਗੇ, ਪਿੱਛੇ ਨੂੰ ਨਹੀਂ। ਆ ਜਾ ਆਇਆ ਹੈ ਮਾਲ, ਦਿਲ ਹੈ ਬੇਕਰਾਰ, ਓ ਮੇਰੇ ਗਾਹਕ ਕੁਮਾਰ, ਤੇਰੇ ਬਿਨਾ ਪੈਸਾ ਕਹਾਂ ਆਏ ਮੇਰੇ ਯਾਰ। ਉਹ ਇੱਥੇ ਦੁਕਾਨਾਂ ਖੋਲ੍ਹ ਕੇ ਨਹੀਂ ਪੈਸਾ ਆਉਂਦਾ। ਆ ਮਿੰਦੋ ਦੇਖ, ਔਨਲਾਈਨ ਕੰਮ ਕਰਦੀ ਪਈ ਆ, ਸੂਟ 'ਤੇ ਸੂਟ ਸਿੱਟੀ ਜਾਂਦੀ ਹੈ, ਦੇਖ ਵੀਡੀਓ। ਓਏ ਓਏ ਤਾਂ ਆਪ ਹੀ ਮਾਡਲ ਬਣੀ ਫਿਰਦੀ ਆ। ਉਹਨਾਂ ਦੇਵ ਨੂੰ ਜਮੀ ਨਹੀਂ ਹੈਗਾ ਕਿ ਆਪਣੀ ਘਰਵਾਲੀ ਦੀ ਸੂਟ ਵੇਚਣ ਵਾਸਤੇ ਵੀਡੀਓ ਸ਼ੂਟ ਕਰਦਾ ਫਿਰਦਾ ਨਾ। ਇਹ 'ਚ ਗਲਤ ਵੀ ਕੀ ਆ, ਅਗਲੀ ਮਿਹਨਤ ਕਰਕੇ ਆਪਣੇ ਘਰਵਾਲੇ ਦਾ ਸਾਥ ਦਿੰਦੀ ਪਈ ਆ। ਤੈਨੂੰ ਬੜਾ ਹੇਜ ਮਾਰਦਾ ਮਿੰਦੋ ਦਾ, ਬੜੀਆਂ ਤਰਫਦਾਰੀਆਂ ਕਰਦੀ ਪਈ ਆ। ਜੇ ਇੱਦਾਂ ਦੀ ਗੱਲ ਆ ਤਾਂ ਦੇ ਮੇਰਾ ਸਾਥ, ਆਪਾਂ ਵੀ ਫਿਰ ਵੀਡੀਓ ਬਣਾਉਂਦੇ ਹਾਂ ਸੂਟਾਂ ਦੀ। ਮੈਂ ਕਦੋਂ ਮਨਾ ਕੀਤਾ, ਬਣਾਓ ਜਿੰਨੀਆਂ ਮਰਜ਼ੀ ਵੀਡੀਓ, ਵੈਸੇ ਵੀ ਮੈਂ ਕਿਸੇ ਮਾਡਲ ਨਾਲ ਘੱਟ ਥੋੜ੍ਹੀ ਨਾ ਲੱਗਦੀ ਹਾਂ। ਤੂੰ ਮਾਡਲ ਨਹੀਂ, ਉਹ ਤੂੰ ਤਾਂ ਐਂਟੀਕ ਮਾਡਲ ਹੈ। ਉਹ ਤੈਨੂੰ ਤਾਂ ਰੱਬ ਵੀ ਬਣਾ ਕੇ ਭੁੱਲ ਗਿਆ ਹੋਣਾ। ਉਹ ਜਦੋਂ ਤੈਨੂੰ ਰੱਬ ਨੇ ਬਣਾਇਆ ਨਾ ਤਾਂ ਰੱਬ ਨੇ ਆਪਣੇ ਰੱਬ ਨੂੰ ਪੁੱਛਿਆ ਹੋਣਾ, ਹਾਏ ਰੱਬਾ ਮੈਂ ਇਹ ਕੀ ਬਣਾ ਦਿੱਤਾ। ਚਲੋ ਠੀਕ ਹੈ ਫਿਰ, ਤੁਸੀਂ ਇੱਦਾਂ ਕਰੋ, 10,000 ਰੁਪਇਆ ਦੇ ਕੇ ਨਾ ਬਾਹਰੋਂ ਮਾਡਲ ਮੰਗਵਾਓ ਅਤੇ ਉਹਦੇ ਕੋਲ ਵੀਡੀਓ ਬਣਵਾਓ, ਫਿਰ ਤੁਹਾਨੂੰ ਪਤਾ ਲੱਗੂਗਾ। ਵੈਸੇ ਵੀ ਘਰ ਦੀ ਮੁਰਗੀ ਤਾਂ ਦਾਲ ਬਰਾਬਰ ਹੁੰਦੀ ਆ। ਉਹ ਮੇਰੀ ਗੱਲ ਤਾਂ ਸੁਣ, ਤੂੰ ਤਾਂ ਗੁੱਸਾ ਹੀ ਕਰ ਗਈ, ਤੈਨੂੰ ਪਤਾ ਤਾਂ ਹੈਗਾ ਮੇਰੀ ਤਾਂ ਮਜ਼ਾਕ ਕਰਨ ਦੀ ਆਦਤ ਆ। ਵੈਸੇ ਸੱਚੀ ਮਾਡਲਾਂ 10,000 ਰੁਪਈਆ ਲੈਂਦੀਆਂ ਨੇ? ਹਾਂਜੀ 50,000 ਤੱਕ ਵੀ ਲੈਂਦੀਆਂ ਨੇ। ਜਦੋਂ ਲਓਗੀਆਂ ਨਾ ਧੜਾ ਧੜ ਪੈਸੇ, ਫਿਰ ਪਤਾ ਲੱਗੂ। ਉਹ ਫਿਰ ਤਾਂ ਤੂੰ ਮਾਡਲ ਆਪਣੀ, ਤੂੰ ਕਿਹੜਾ ਮਾਡਲ ਨਾਲੋਂ ਕਿਸੇ ਤੋਂ ਘੱਟ ਆ। ਕਿਉਂ ਨਾ ਆਪਾਂ ਵੀ ਦੇ ਮਿੰਦੋ ਵਾਂਗੂ ਵੀਡੀਓ ਬਣਾਉਣੀ ਚਾਲੂ ਕਰ ਦਈਏ। ਆਪਣਾ ਇੱਦਾਂ ਦਾ ਮਾਲ ਵਿਕਿਆ ਨਹੀਂ, ਹੋ ਸਕਦਾ ਇਸ ਤਰ੍ਹਾਂ ਹੀ ਵਿਕ ਜਾਵੇ। ਪਰ ਮੈਨੂੰ ਤੂੰ ਐਂ ਦੱਸ, ਆਪਣਾ ਇਸ ਤਰ੍ਹਾਂ ਫਾਇਦਾ ਹੋਊਗਾ ਕੁਛ? ਉਹ ਫਾਇਦਾ ਉਹ ਤੁਸੀਂ ਵੀਡੀਓ 'ਚ ਦੇਖੋ, 5,000 ਕਮੈਂਟ ਆਇਆ,
ਘੱਟੋ ਘੱਟ 500 ਸੂਟ ਤਾਂ ਵੇਚਿਆ ਹੋਊਗਾ। ਕਹਿੰਦੇ ਫਾਇਦਾ ਹੋਊਗਾ ਕੋਈ। 500 ਸੂਟ ਵੇਚਤਾ ਮਿੰਦੂ ਨੇ। ਚੱਲ ਫਿਰ ਆਪਾਂ ਵੀਡੀਓ ਬਣਾਈਏ, ਤਿਆਰ ਹੋ, ਆ ਚੱਕ ਸੂਟ। ਬੋਲ ਡਾਇਲੋਗ ਜਿਹੜੀ ਮਿੰਦੂ ਬੋਲਦੀ ਸੀ, ਬੋਲੇਗੀ ਨਾ? ਹਾਂ ਹਾਂ ਯਾਦ ਹੈ। ਆਹ ਦੇਖੋ ਜੀ, ਵੈਲਵਟ ਦਾ ਸੂਟ, ਉੱਪਰ ਸਿਕਵਨ ਦਾ ਕੰਮ ਹੋਇਆ। ਇਹੋ ਜਿਹਾ ਸੂਟ ਤੁਹਾਨੂੰ ਸਾਰੀ ਮਾਰਕੀਟ 'ਚ ਕਿਤੇ ਨਜ਼ਰ ਨਹੀਂ ਆਉਣਾ। ਹਾਂ ਬਿਲਕੁਲ ਨਾ, ਇੱਦਾਂ ਹੀ ਬੋਲਣਾ। ਚੱਲ ਛੇਤੀ ਕਰ, ਇੱਦਾਂ ਡਾਇਲੋਗ ਬੋਲੀ। ਅੱਛਾ ਆਪਾਂ ਵੀਡੀਓ ਬਣਾਉਣੀ ਹੋਣੀ। ਅੱਛਾ ਚੱਲ ਬੋਲ। ਹਾਂ ਫਿਲਟਰ ਜ਼ਰੂਰ ਲਾ ਲਿਓ। ਤੇਰਾ ਦਿਮਾਗ ਖਰਾਬ ਆ, ਉਹ ਫਿਲਟਰ ਲਾ ਕੇ ਤਾਂ ਇਹਦਾ ਰੰਗ ਚੇਂਜ ਹੋ ਜਾਣਾ। ਆਪਣੇ ਪਤਾ ਕਿੰਨੇ ਗਾਹਕਾਂ ਦਾ ਕੰਮ ਖਰਾਬ ਹੋ ਜਾਣਾ। ਉਹ ਸੂਟ ਦਾ ਰੰਗ ਚੇਂਜ ਹੁੰਦਾ ਹੋ ਜਾਵੇ, ਪਰ ਮੇਰੇ ਫੇਸ ਤੇ ਕੋਈ ਦਾਗ ਧੱਬਾ ਨਜ਼ਰ ਨਹੀਂ ਆਉਣਾ ਚਾਹੀਦਾ। ਉਹ ਤੂੰ ਥੰਮਦੀ ਦੀ ਕਿਉਂ ਨਹੀਂ ਹੁੰਦੀ ਗੀ? ਏਦਾਂ ਆਪਾਂ ਦਾਗਾਂ ਨਾਲ ਧੋਖਾ ਨਹੀਂ ਕਰ ਦੇ, ਸਿੱਧੀ ਤਰ੍ਹਾਂ ਫੋਟੋ ਬਣਾਉਣੀ ਆਪਾਂ। ਫੋਟੋ ਨਹੀਂ ਵੀਡੀਓ। ਚੱਲ ਬਣਾ ਹੁਣ। ਆਹ ਦੇਖੋ ਜੀ, ਵੈਲਵਟ ਦਾ ਸੂਟ, ਉੱਪਰ ਸੀਕਵਨ ਦਾ ਕੰਮ ਹੋਇਆ ਆ। ਇਸ ਤੋਂ ਵਧੀਆ ਸੂਟ ਤੁਹਾਨੂੰ ਸਾਰੀ ਮਾਰਕੀਟ 'ਚੋਂ ਮਿਲਣਾ ਨਹੀਂ ਕਿਤੇ। ਲੈ ਬਣ ਗਈ ਵੀਡੀਓ, ਦੇਖਣੀ ਆ? ਹਾਏ ਰੱਬਾ, ਮੇਰਾ ਇਕੱਲਾ ਮੂੰਹ ਮੂੰਹ ਦਿਖਾਈ ਜਾਂਦਾ, ਸੂਟ ਤਾਂ ਤੂੰ ਦਿਖਾਇਆ ਨਹੀਂ, ਨਾ ਮੇਰੇ ਮੂੰਹ ਤੇ ਸਿਕਵਨ ਲੱਗੇ ਆ। ਪਿੱਛੇ ਹੋ ਕੇ ਦਿਖਾ, ਸੂਟ ਤਾਂ ਆਵੇ ਭਰਾ। ਮੇਰੇ ਨਾਲ ਨਾ ਪਿਆਰ ਨਾਲ ਗੱਲ ਕਰਿਆ ਕਰ, ਐਂ ਮੈਂ ਗੁੱਸੇ ਹੋ ਜਾਣਾ ਨਾ। ਵਾ ਤੇਰੇ ਭਰਾ ਨਾਲ ਹੋਇਆ ਸੀ ਨਾ, ਹੁਣ ਮੈਂ ਤੇਰੇ ਨਾਲ ਹੋ ਜਾਣਾ। ਗੁੱਸੇ ਹੀ ਹੋ ਜਾ ਤੂੰ, ਜਾ, ਮੈਂ ਨਹੀਂ ਵੀਡੀਓ ਬਣਾਉਂਦੀ। ਮੈਂ ਤਾਂ ਮਜ਼ਾਕ ਕਰਦਾ ਸੀ, ਤੂੰ ਹਰੇ ਤੱਕ ਨਹੀਂ ਮੇਰੀ ਮਜ਼ਾਕ ਸਮਝੇਗੀ। ਤੂੰ ਤੂੰ ਇੱਦਾਂ ਕਰ, ਇੱਦਾਂ ਤੂੰ ਤੂੰ ਆਹ ਸੂਟ ਲੈ, ਆਹ ਸੂਟ ਦੀ ਵੀਡੀਓ ਬਣਾਉਣੀ ਆਪਾਂ। ਚੱਲ ਬਣਾ ਹੁਣ। ਥੋੜ੍ਹਾ ਜਿਹਾ ਮੂੰਹ ਤਾਂ ਲੋਟ ਕਰ ਲਾ, ਉਹ ਐਂ ਤਾਂ ਕਿਸੇ ਨੇ ਸੂਟ ਲੈਣਾ ਹੀ ਨਹੀਂ, ਉਹ ਐਂ ਤਾਂ ਤੂੰ ਗੁੰਮਸ਼ੁਦਾ ਦੀ ਤਲਾਸ਼ ਰੱਖਦੀ ਆ। ਨਾਲੇ ਯਾਰ ਪਤਾ, ਉਸ ਦਿਨ ਮੈਂ ਤੁਹਾਨੂੰ ਰੋਟੀ ਵੀ ਨਹੀਂ ਬਣਾ ਕੇ ਦਿੱਤੀ ਨਾ। ਹੋਰ ਰੋਟੀ ਤਾਂ ਕੀ, ਮੈਂ ਤੁਹਾਨੂੰ ਮੈਗੀ ਵੀ ਨਹੀਂ ਬਣਾ ਕੇ ਦਿੱਤੀ। ਯਾਰ ਮੇਰਾ ਨਾ ਮੂਡ ਬੜਾ ਉਦਣ ਖਰਾਬ ਸੀ, ਮੈਨੂੰ ਗੁੱਸਾ ਚੜਿਆ ਪਿਆ ਸੀਗਾ। ਪਰ ਕੋਈ ਗੱਲ ਨਹੀਂ, ਅੱਜ ਨਾ ਮੈਂ ਘਰ ਜਾ ਕੇ ਤੁਹਾਨੂੰ ਤੁਹਾਡੇ ਪਸੰਦ ਦੇ ਕੜੀ ਚੌਲ ਬਣਾ ਕੇ ਖਵਾਉਂਗੀ। ਇੱਕ ਗੱਲ ਹੋਰ, ਨਾਲੇ ਸਟੂਲ ਵਾਸਤੇ ਨਾ ਥੈਂਕ ਯੂ, ਮੇਰੇ ਪੈਰਾਂ ਨੂੰ ਸੱਚੀ ਬਹੁਤ ਰਿਲੀਫ ਆ। ਹਾਂਜੀ ਠੀਕ ਆ, ਚਲੋ ਮੈਂ ਤੁਹਾਨੂੰ ਬਾਅਦ 'ਚ ਫੋਨ ਕਰਦੀ ਹਾਂ, ਕਸਟਮਰ ਆ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਕੋਲ ਇਹ ਸ਼ੋਲ ਹੈਗੀ ਵਰਕ 'ਚ? ਹਾਂਜੀ ਹਾਂਜੀ ਜ਼ਰੂਰ ਮਿਲ ਜਾਣਗੇ, ਗੱਲ ਹੀ ਨਹੀਂ ਕੋਈ। ਦੱਸੋ ਤੁਸੀਂ ਵਰਕ ਦੇ ਵਿੱਚ ਕਿੰਨੇ ਕੁ ਸ਼ੋਲ ਚਾਹੀਦੇ ਨੇ? ਸਾਨੂੰ 20 ਤੋਂ 25 ਲੇਡੀਜ਼ ਸ਼ੋਲ ਚਾਹੀਦੇ ਆ, ਅਤੇ 20-25 ਹੀ ਜੈਂਟਸ। ਉਹਦੇ ਨਾਲ ਨਾਲ ਸਾਨੂੰ ਵਾਰਮਰ ਵੀ ਚਾਹੀਦੇ ਆ, ਕਿਉਂਕਿ ਸਾਡੀ ਸੇਵਾ ਸੁਸਾਇਟੀ ਆ, ਅਸੀਂ ਡੋਨੇਟ ਕਰਨੇ ਨੇ। ਵਾਹ ਜੀ ਕਿਆ ਬਾਤ ਹੈ, ਤੁਹਾਡੇ ਵਰਗੇ ਨੌਜਵਾਨ ਜਦੋਂ ਸੇਵਾ ਕਰਦੇ ਨੇ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ। ਤੁਹਾਨੂੰ 50 ਕੁ ਮਤਲਬ ਸ਼ੋਲ ਚਾਹੀਦੇ ਨੇ ਅਤੇ 50 ਕੁ ਵਾਰਮਰ ਚਾਹੀਦੇ ਨੇ, ਪਰ ਮੇਰੇ ਕੋਲ ਇੱਥੇ ਇੰਨਾ ਸਟੋਕ ਹੈ ਨਹੀਂ। ਤੁਹਾਡੇ ਕੋਲ ਹੈ ਨਹੀਂ? ਤੁਸੀਂ ਮੰਗਵਾ ਦਿਓ, ਮੇਰਾ ਨੰਬਰ ਲੈ ਲਓ, ਜਦ ਆ ਜਾਣਗੇ ਸਾਨੂੰ ਫੋਨ ਕਰ ਦਿਓ, ਮੈਂ ਲੈ ਜੂੰਗੀ ਆ ਕੇ। ਨੰਬਰ ਤਾਂ ਮੈਂ ਤੁਹਾਡਾ ਲੈ ਲੈਂਦੀ ਹਾਂ, ਪਰ ਤੁਸੀਂ ਮੈਨੂੰ ਇਹ ਦੱਸੋ ਵੀ ਸ਼ੋਲ ਤੁਹਾਨੂੰ ਅੱਜ ਹੀ ਚਾਹੀਦੇ ਨੇ ਜਾਂ 1-2 ਦਿਨ ਤੁਸੀਂ ਵੇਟ ਕਰ ਲਉਂਗੇ? ਜੇ ਤੁਸੀਂ ਹੁਣ ਦੇ ਦੋਗੇ ਤਾਂ ਅਸੀਂ ਅੱਜ ਚਲੇ ਜਾਵਾਂਗੇ, ਜੇ ਕੱਲ੍ਹ ਦੇ ਦੋਗੇ ਤਾਂ ਕੱਲ੍ਹ ਚਲੇ ਜਾਵਾਂਗੇ ਅਸੀਂ। ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ, ਐਕਚੁਲੀ ਮਾਲ ਤਾਂ ਸਾਡੇ ਕੋਲ ਹੈਗਾ,
ਪਰ ਉਹ ਸਾਡੀ ਦੂਜੀ ਦੁਕਾਨ ਤੇ ਆ। ਦੂਜੀ ਦੁਕਾਨ? ਉਹ ਦੱਸ ਦੋ ਐਡਰੈਸ ਉਹਦਾ ਮੈਨੂੰ, ਮੈਂ ਉੱਥੋਂ ਲੈ ਲੈਂਦੀ ਹਾਂ। ਹਾਂਜੀ ਹਾਂਜੀ, ਅਮਰ ਨੇ ਖੁਸ਼ ਹੋ ਜਾਣਾ। ਤੁਸੀਂ ਇੱਦਾਂ ਕਰੋ, ਬਾਹਰ ਨਿਕਲ ਕੇ ਨਾ ਆਹੀ ਰੋਡ ਸਿੱਧੀ ਸਿੱਧੀ ਜਾਓਗੇ, ਦੇਵ ਕਲੈਕਸ਼ਨ ਆਏਗੀ, ਉਹੀ ਸਾਡੀ ਸ਼ੋਪ ਆ। ਅੱਛਾ ਜੀ, ਯਾਨੀ ਦੇਵ ਕਲੈਕਸ਼ਨ ਤੋਂ ਮਿਲ ਜੂਗਾ ਸਾਰਾ ਮਾਲ, ਆਪਣੀਆਂ ਦੁਕਾਨ 'ਤੇ ਨਹੀਂ ਹੈਗਾ? ਜੇ ਹੁੰਦਾ ਤਾਂ ਮੈਂ ਤੁਹਾਨੂੰ ਮਨਾ ਹੀ ਕਿਉਂ ਕਰਨਾ ਸੀਗਾ ਜੀ। ਕੋਈ ਚੱਕਰ ਨਹੀਂ ਹੈਗਾ, ਤੁਸੀਂ ਜਾਓ ਉੱਥੇ, ਉਹ ਵੀ ਆਪਣੀ ਦੁਕਾਨ ਆ, ਨਾਲੇ ਮੈਂ ਤੁਹਾਨੂੰ ਉੱਥੇ ਐਕਸਟਰਾ ਡਿਸਕਾਊਂਟ ਵੀ ਕਰਾ ਦੂੰਗੀ। ਅੱਛਾ, ਤਾਂ ਮਾਲ ਹੈ ਨਹੀਂ ਤੁਹਾਡੇ ਕੋਲ, ਅਤੇ ਦੂਜੀ ਦੁਕਾਨ 'ਤੇ 25% ਡਿਸਕਾਊਂਟ ਵੀ ਮਿਲੂਗਾ? ਮੈਮ, ਇਹਨਾਂ ਕੋਲ ਤਾਂ ਮਾਲ ਹੀ ਨਹੀਂ ਹੈਗਾ।